ਮੈਂ ਜੀ ਕਾਬਲ ਸਿੰਘ ਮਹਾਵਾ, ਅਟਾਰੀ ਵਾਹਗਾ ਬਾਰਡਰ 'ਤੇ ਇਸ ਵਕਤ ਖੜ੍ਹੇ ਹਾਂ। ਅੱਜ 78ਵਾਂ ਆਜ਼ਾਦੀ ਦਿਹਾੜਾ ਬੜੇ ਜੋਸ਼ ਹੋਸ਼ ਦੇ ਨਾਲ ਪ੍ਰਧਾਨ ਮੰਤਰੀ ਜੀ ਲਾਲ ਕਿਲੇ ਦੇ ਝੰਡਾ ਲਹਿਰਾ ਰਹੇ ਨੇ। ਵੱਖ ਵੱਖ ਪਾਰਟੀਆਂ ਕੋਈ ਕਿਤੇ ਝੰਡਾ ਲਹਿਰਾ ਰਹੀਆਂ, ਆਜ਼ਾਦੀ ਦਾ ਕੋਈ ਕਿਤੇ ਲਹਿਰਾ ਰਹੀਆਂ, ਪਰ ਕਿਸਾਨ ਆਪਣਾ ਹੀ ਝੰਡਾ ਵਾਹਗੇ ਬਾਰਡਰ ਤੋਂ ਲੈ ਕੇ ਗੋਲਡਨ ਗੇਟ ਅੰਮ੍ਰਿਤਸਰ ਤੱਕ ਪੂਰੇ ਭਾਰਤ ਵਿੱਚ ਕਿਸਾਨ ਆਪਣੇ ਝੰਡੇ ਦੇ ਨਾਲ ਇਹ ਆਪਣਾ ਟਰੈਕਟਰ ਮਾਰਚ ਕੱਢ ਕੇ ਲੋਕਾਂ ਨੂੰ ਦੱਸ ਰਹੇ ਆ ਵੀ ਅਸੀਂ ਯਾਦ ਨਹੀਂ, ਅਸੀਂ ਉਸੇ ਤਰ੍ਹਾਂ ਹੀ ਗੁਲਾਮ ਹਾਂ ਜਿਸ ਤਰ੍ਹਾਂ 1947 ਦੀ ਵੰਡ ਤੋਂ ਹਾਲੇ ਤੱਕ ਆ ਰਿਹਾ ਹੈ। ਸਾਨੂੰ ਸਰਕਾਰਾਂ ਦੱਸਦੀਆਂ ਵਾ ਵੀ ਅਸੀਂ ਯਾਦ ਹਾਂ, ਪਰ ਅਸੀਂ ਯਾਦ ਨਹੀਂ। ਉਹ ਤਾਂ ਪਹਿਲਾਂ ਗੋਰੇ ਜਿਹੜੇ ਹੈਗੇ ਸੀ ਇੱਥੋਂ ਕੱਢੇ ਆ, ਪਰ ਹੁਣ ਜਿਹੜੇ ਸਾਡੇ ਕਾਲੇ ਅੰਗਰੇਜ਼ ਆ ਗਏ ਨੇ, ਇਹਨਾਂ ਨੂੰ ਕੱਢਣਾ ਤਾਂ ਬੜਾ ਔਖਾ ਰਿਹਾ। ਇਹਨਾਂ ਨੇ ਜਿਹੜੇ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਉੱਪਰ ਥੋਪੇ ਹੋਏ ਆ, ਜਿੰਨਾ ਤਰ ਸਾਡਾ ਸੰਘਰਸ਼ ਦੇ ਵਿੱਚ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਉਸੇ ਤਰ੍ਹਾਂ ਸਾਡੇ ਜਿੱਥੇ ਜਿੱਥੇ ਸੰਘਰਸ਼ ਚੱਲ ਰਹੇ ਨੇ, ਖਨੌਰੀ ਬਾਰਡਰ, ਸ਼ੰਭੂ ਬਾਰਡਰ 'ਤੇ, ਉਹ ਸਾਡੇ ਸੰਘਰਸ਼ ਉਸੇ ਤਰ੍ਹਾਂ ਹੀ ਚੱਲਦੇ ਰਹਿਣਗੇ। ਆਪ ਜੀ ਨੇ ਬੇਨਤੀ ਕੀਤੀ, ਗੱਲ ਕੀਤੀ ਆ ਵੀ ਕਿ ਅੱਜ ਟਰੈਕਟਰ ਮਾਰਚ, ਟਰੈਕਟਰ ਮਾਰਚ ਸਾਰੇ ਭਾਰਤ ਵਿੱਚ ਨਿਕਲ ਰਿਹਾ, ਨਾ ਕਿ ਸਾਰੇ ਅਟਾਰੀ ਵਾਹਗਾ ਬਾਰਡਰ ਤੋਂ। ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਗੈਰ ਰਾਜਨੀਤਿਕ ਪਾਰਟੀਆਂ ਦੇ ਝੰਡੇ ਥੱਲੇ ਇਹ ਟਰੈਕਟਰ ਮਾਰਚ ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆ ਹਰ ਆਪਣੇ ਥਾਂ 'ਤੇ ਪਹੁੰਚ ਕੇ ਉੱਥੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। MSP ਦੀ ਗਰੰਟੀ ਵੀ ਰੱਖੀ ਗਈ ਆ, ਵਿੱਚ ਕੀ ਲੱਗਦਾ ਕਿ ਅੱਜ ਤੱਕ MSP ਨਹੀਂ ਮਿਲ ਪਾਈ ਕਿਸਾਨਾਂ ਨੂੰ, ਲੰਬਾ ਸੰਘਰਸ਼ ਹੋ ਗਿਆ? ਵੇਖੋ ਜੀ, ਥੋੜ੍ਹੇ ਦਿਨ ਹੋ ਗਏ, ਮਾਣਯੋਗ ਪਹਿਲਾਂ ਹਾਈਕੋਰਟ ਦਾ ਆਰਡਰ ਆਇਆ ਸੀਗਾ ਵੀ ਇਹਨਾਂ ਦੀਆਂ ਗੱਲਾਂ ਸੁਣੀਆਂ ਜਾਣ, ਰੋਡ ਖਾਲੀ ਕੀਤਾ ਜਾਵੇ, ਅਤੇ ਹਰਿਆਣਾ ਸਰਕਾਰ ਨੇ ਉਹ ਤੋਂ ਆਨਾਕਾਨੀ ਕਰ ਦਿੱਤੀ। ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ, ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਸਾਡੀ ਗੱਲ ਪਹੁੰਚ ਗਈ ਆ। ਮਾਣਯੋਗ ਸੁਪਰੀਮ ਕੋਰਟ ਤੋਂ ਵੀ ਇਹੀ ਗੱਲ ਉੱਠੀ ਆ ਵੀ ਕਿਸਾਨਾਂ ਨੂੰ ਉਹਨਾਂ ਦੀਆਂ ਮੰਗਾਂ ਸੁਣੀਆਂ ਜਾਣ, ਦੋ ਹਰਿਆਣੇ ਦੀ ਪੰਜਾਬ ਦੀ ਕਮੇਟੀ ਬਿਠਾਈ ਜਾਵੇ, ਉਹ ਕਮੇਟੀ ਗਠਿਤ ਕਰਕੇ ਉਹ ਕਮੇਟੀ ਦੇ ਵਿੱਚ ਹੱਲ ਲੱਭੇ ਵੀ ਕਿਸ ਤਰ੍ਹਾਂ ਕਿਸਾਨਾਂ ਨੂੰ ਖੁਸ਼ਹਾਲ ਬਣਾਇਆ ਜਾਣਾ ਵਾ। ਜਿਹੜੇ ਕਿਸਾਨ ਦਿਨ ਬਰ ਦਿਨ ਥੱਲੇ ਜਾ ਰਹੇ ਆ, ਇਹ ਕਿਸਾਨਾਂ ਨੂੰ ਉੱਪਰ ਉਠਾਉਣ ਵਾਸਤੇ MSP ਇੱਕ ਦਾ ਮੁੱਦਾ ਵਾ। ਸਾਡੀਆਂ ਸਾਰੀਆਂ ਫਸਲਾਂ ਦੇ MSP ਮਿਲਣੀ ਚਾਹੀਦੀ ਆ। ਜਿਹੜਾ ਸਾਨੂੰ ਕਹਿੰਦੇ ਆ ਵੀ ਝੋਨਾ ਲਾਉਣਾ ਬੰਦ ਕਰੋ, ਪਾਣੀ ਦਾ ਪੱਧਰ ਥੱਲੇ ਜਾ ਰਿਹਾ, ਇਹਨਾਂ ਨੂੰ ਸਾਡਾ ਝੋਨਾ ਦੇ ਕਿਸਾਨਾਂ ਨੂੰ ਦਿਸਦਾ ਵਾ ਵੀ ਝੋਨਾ ਲਾਗਣ ਦੇ ਕਰਕੇ ਪਾਣੀ ਥੱਲੇ ਜਾ ਰਿਹਾ। ਜਿਹੜੀਆਂ ਜਿਹੜੀਆਂ ਬੜੀਆਂ ਇੰਡਸਟਰੀਆਂ ਜਿਹਦੇ ਵਿੱਚ 24 ਘੰਟੇ 20-20 ਹੌਸ ਪਾਵਰ ਦੀਆਂ ਮੋਟਰਾਂ ਚੱਲਦੀਆਂ, ਉਹ ਕਿਸੇ ਨੂੰ ਦਿਖਦੀਆਂ, ਸਿਰਫ ਕਿਸਾਨ ਦੀ ਮੋਟਰ ਚੱਲਦੀ ਦਿਸਦੀ ਆ ਵੀ ਸਿਰਫ ਕਿਸਾਨ ਹੀ ਇੱਕ ਪਾਣੀ ਮਕਾਉਂਦਾ ਜਾ ਰਿਹਾ, ਪਾਣੀ ਦਾ ਲੈਵਲ ਥੱਲੇ ਜਾ ਰਿਹਾ। ਜੇ ਫੈਕਟਰੀਆਂ ਦੇ ਵਿੱਚ ਕੱਪੜੇ ਵਾਲੀ ਫੈਕਟਰੀ ਵੇਖ ਲਓ, ਕੋਈ ਵੀ ਫੈਕਟਰੀ, ਯਾਨੀ ਕਿ ਜਿੰਨੀਆਂ ਫੈਕਟਰੀਆਂ ਹੈਗੀਆਂ ਵਾ, ਉਹ ਫੈਕਟਰੀਆਂ ਵਿੱਚ ਪਾਣੀ ਦਾ ਕੋਈ ਵੇਖਦਾ ਨਹੀਂ ਗਾ ਵੀ ਉੱਥੇ ਕੀ ਹਾਲ ਹੈ, ਅਤੇ ਕਿਸਾਨਾਂ ਦਾ ਹੀ ਇਹਨਾਂ ਨੂੰ ਪਾਣੀ ਦਿਸਦਾ, ਲੈਵਲ ਥੱਲੇ ਜਾ ਰਿਹਾ ਜੀ। ਅੱਜ ਦੋਵਾਂ ਫੋਰਮਾਂ ਵੱਲੋਂ, ਕਿਸਾਨ ਮਜ਼ਦੂਰ ਮੋਰਚਾ ਅਤੇ SKM NP ਵੱਲੋਂ ਦੇਸ਼ ਵਿਆਪੀ ਟਰੈਕਟਰ ਮਾਰਚ ਆ। ਪੂਰੇ ਪੰਜਾਬ ਵਿੱਚ ਹਜ਼ਾਰਾਂ ਥਾਵਾਂ 'ਤੇ, ਸੈਂਕੜੇ ਥਾਵਾਂ 'ਤੇ ਪ੍ਰੋਗਰਾਮ ਹੋ ਰਿਹਾ ਹੈਗਾ ਵਾ, ਠੀਕ ਹੈ। ਅੱਜ ਅੰਮ੍ਰਿਤਸਰ ਦੇ ਵਿੱਚ ਸਾਡੀ ਜਥੇਬੰਦੀ ਵੱਲੋਂ ਵਾਗੇ ਤੋਂ ਸ਼ੁਰੂ ਕਰਕੇ ਇਹ ਟਰੈਕਟਰ ਮਾਰਚ ਗੋਲਡਨ ਗੇਟ ਅੰਮ੍ਰਿਤਸਰ ਤੱਕ ਖੜਿਆ ਜਾ ਰਿਹਾ ਹੈਗਾ, ਅਤੇ ਇਹਦੇ ਵਿੱਚ ਸੈਂਕੜੇ ਟਰੈਕਟਰ ਸ਼ਾਮਲ ਹੋ ਰਹੇ ਆ। ਮੁੱਖ ਮੰਗਾਂ, MSP ਲੀਗਲ ਗਰੰਟੀ ਕਾਨੂੰਨ ਬਣਾਇਆ ਜਾਵੇ, ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕੀਤਾ ਜਾਵੇ, ਨਰੇਗਾ 200 ਦਿਨ ਹੋਵੇ, ਭਾਰਤ WTO ਤੋਂ ਬਾਹਰ ਆਵੇ, ਠੀਕ ਹੈ ਜੀ। ਇਹਦੋਂ ਕਾ ਫਸਲੀ ਬੀਮਾ ਯੋਜਨਾ ਅਤਿ ਆਦਿ ਮੰਗਾਂ ਹੈਗੀਆਂ 12-14 ਸਾਡੀਆਂ। ਦੂਸਰਾ ਹੈਗਾ ਨਵੇਂ ਜਿਹੜੇ ਕ੍ਰਿਮੀਨਲ ਲਾਅ ਲੈ ਕੇ ਆਉਂਦੇ ਆ, ਜਿਹਨੂੰ ਉਹ BNS 24 ਕਹਿੰਦੇ ਆ, BNSS 2024 ਕਹਿੰਦੇ ਆ, BSA 2024 ਕਹਿੰਦੇ ਆ, ਇਹਦਾ ਕਿਉਂ ਵਿਰੋਧ ਕਰ ਰਹੇ ਹਾਂ? ਪਹਿਲਾਂ ਤੁਹਾਨੂੰ ਪੱਤਰਕਾਰ ਵੀਰ ਨੂੰ ਵੀ ਜੇ ਪੁਲਿਸ ਨੇ ਅੰਦਰ ਰੱਖਣਾ ਹੈਗਾ ਤਾਂ FIR ਚਾਹੀਦੀ ਹੈ। ਹੁਣ ਨਹੀਂ ਚਾਹੀਦੀ FIR, ਪੁਲਿਸ ਵਾਲਾ ਕਹਿ ਸਕਦਾ ਮੇਰਾ ਕਾਨੂੰਨ ਨਹੀਂ ਮੰਗਿਆ, 24 ਘੰਟੇ ਅੰਦਰ ਰੱਖ ਸਕਦਾ, ਇਹ ਘਾਤਕ ਆ। ਦੂਜਾ, ਪਰਿਲੋ ਰਿਮਾਂਡ ਲੈਣ ਵਾਸਤੇ ਜੁਡੀਸ਼ੀਅਲ ਮੈਜਿਸਟਰੇਟ ਦੀ ਲੋੜ ਸੀ, ਹੁਣ ਉਹ ਖਤਮ ਕਰਤਾ। ਜੱਜ ਦੀ ਮਰਜ਼ੀ, ਜੱਜ ਕੋਲ ਕਿਸੇ ਦੀ ਫਰਮਾਇਸ਼ ਨਹੀਂ, ਉਹ ਕਾਨੂੰਨ ਦੇਖੂਗਾ। ਐਗਜੈਕਟਿਵ ਮੈਜਿਸਟਰੇਟ ਮਾਣੇ SDM ਅਤੇ ਤਹਿਸੀਲਦਾਰ, ਇਹ ਬਈ ਸਰਕਾਰ ਦੇ ਹੁੰਦੇ ਜੀ, ਜਿਹਨੂੰ ਮਰਜ਼ੀ ਅੰਦਰ ਕਰਾਉਣਾ। ਸਭ ਤੋਂ ਵੱਡੀ ਗੱਲ, 7 ਸਾਲ ਦੇ
ਕੇਸਾਂ 'ਚ 15 ਦਿਨ ਤੋਂ ਬਾਅਦ ਵੀ ਆਈ ਓ 40 ਦਿਨ ਤੱਕ ਰਿਮਾਂਡ ਲੈ ਸਕਦਾ, ਔਰ 7 ਸਾਲ ਤੋਂ ਉੱਪਰ ਵਾਲੇ ਕੇਸਾਂ ਦੇ ਵਿੱਚ 60 ਦਿਨ ਅਤੇ 90 ਦਿਨ ਤੱਕ ਵੀ ਰਿਮਾਂਡ ਆ। ਮੈਨੂੰ ਦੱਸੋ ਕਿ ਹੱਡੀ ਪਸਲੀ ਬਚੂਗੀ ਇੰਨਾ ਚਿਰ ਪੁਲਿਸ ਕੋਲ ਰਹਿ ਗਿਆ ਬੰਦਾ? ਤਾਂ ਦੇਸ਼ ਦਰੋਹੀ ਦੀ ਪਰਿਭਾਸ਼ਾ ਇਹ ਆ ਵੀ ਤੁਹਾਡਾ ਪੱਤਰਕਾਰ ਜੇ ਸੱਤਾ ਨੂੰ ਚੈਲੇਂਜ ਕਰੂ, ਐਕਟੀਵਿਸਟਸ ਜੇ ਲੇਖ ਲਿਖੂ ਸੱਤਾ ਦੇ ਖਿਲਾਫ, ਜਾਂ ਅਸੀਂ ਸੱਤਾ ਨੂੰ ਚੈਲੇਂਜ ਕਰਦੇ ਹਾਂ, ਪਰ ਇਹਨੂੰ ਵੀ ਦੇਸ਼ ਦਰੋਹੀ ਦੇ ਜੁਮਰੇ 'ਚ ਸ਼ਾਮਲ ਕੀਤਾ ਗਿਆ। ਠੀਕ ਹੈ, UAPA ਦੇ ਵਿੱਚ ਜਿਹੜਾ ਵੀ ਕੋਈ ਬੰਦਾ ਕੋਈ ਪ੍ਰਤੀਬੰਧਿਤ ਜਥੇਬੰਦੀ ਨਾਲ ਸੰਬੰਧ ਹੁੰਦਾ, ਉਹਦੀ ਐਕਟੀਵਿਟੀ 'ਚ ਜਿਹੜਾ ਕੋਈ ਕੰਮ ਉਹ 'ਚ ਸ਼ਾਮਲ ਹੁੰਦਾ ਸੀ, ਉਹਨੂੰ ਤਾਂ ਸਹੀ ਸੀਗਾ ਵੀ ਯਾਰ ਹੋ ਜੇ ਕੋਈ ਨਹੀਂ ਕੇਸ ਉੱਤੇ। ਹੁਣ ਕਹਿੰਦੇ ਵੀ ਤੁਹਾਡਾ ਦੂਰ ਤੱਕ ਵੀ ਵਾਹ ਵਾਸਤਾ ਨਹੀਂ ਕਿਸੇ ਜਥੇਬੰਦੀ ਨਾਲ, ਉਹ ਉੱਧਰ ਦੂਰ ਹੈ 500 ਕਿਲੋਮੀਟਰ। ਤੁਹਾਡਾ ਕੋਈ ਮੁੰਡਾ ਜਾਣੇ ਅਣਜਾਣੇ 'ਚ ਵੀ ਕਿਤਾਬ ਲਾਇਆ ਉਹਨਾਂ ਦੀ, ਕੋਈ ਲਿਟਰੇਚਰ ਲਾਇਆ, ਤਾਂ ਤੁਹਾਡੇ 'ਤੇ ਪਰਚਾ ਹੋਊਗਾ। ਇਹ ਘਾਤਕ ਕਾਨੂੰਨ ਨੇ, ਇਸ ਕਰਕੇ ਇਹਨਾਂ ਦਾ ਵਿਰੋਧ ਕਰ ਰਹੇ ਹਾਂ।